ਪਤਾ ਹੈ ਨਾਲ ਹੀ ਲੱਗ ਗਈਆਂ ਬਿਲਕੁਲ ਐ ਵਿਛਣੀਆਂ ਉੱਪਰ ਸੁਹਾਗਾ ਮਾਰਿਆ ਹੁੰਦਾ ਨਾ ਉੱਪਰ ਇਸ ਤਰ੍ਹਾਂ ਕਣਕਾਂ ਹੋ ਗਈਆਂ ਹਲੇ ਦੀਆਂ ਵਿਛਣੀਆਂ ਥੱਲੇ ਬਿਲਕੁਲ ਇਹਨਾਂ ਨੂੰ ਹੁਣ ਕਣਕ ਨੂੰ ਚੱਕਣਾ ਬਹੁਤ ਮੁਸ਼ਕਿਲ ਹੈ ਕੰਬਾਈਨਾਂ ਵਾਸਤੇ ਤਾਂ ਇੱਕ ਹੋਰ ਬਰਸਾਤ ਰੋਜ਼ ਡੇਲੀ ਪੈਂਦੀ ਹੈ ਤੇ ਛੋਟੀ ਛੋਟੀ ਬਰਸਾਤ ਪਈ ਜਾਂਦੀ ਹੈ ਤੇ ਥੱਲੇ ਜਿਹੜੇ ਕਣਕ ਦੀਆਂ ਬੱਲੀਆਂ ਆ ਚਿੱਟੇ ਆ ਇਹ ਕਾਲੇ ਹੁੰਦੇ ਰਹਿੰਦੇ ਆ ਥੱਲਿਓਂ ਕਾਲੇ ਹੋ ਕੇ ਤੇ ਦਿਨ ਬ ਦਿਨ ਨੁਕਸਾਨ ਹੀ ਹੋ ਰਿਹਾ ਕਿਸਾਨ ਦਾ ਜੀ ਬਹੁਤ ਜ਼ਿਆਦਾ। ਕਿੰਨੇ ਮਗਰ ਐਚ ਕਿੰਨਾ ਝਾੜ ਨਿਕਲ ਜੂਗਾ? ਝਾੜ ਦਾ ਵੀ ਹਜੇ ਤਾਂ ਕੋਈ ਉਮੀਦ ਹੀ ਹੈ ਨਹੀਂ, ਜਿਵੇਂ ਰੋਜ਼ ਹੀ ਮੀਂਹ ਪੈਂਦਾ ਹੈ ਜੀ, ਹੁਣ ਲੱਗਦਾ ਮੈਨੂੰ ਵੀ ਹੁਣ ਝਾੜ ਦਾ ਹੁਣ ਕਿਸਮਤ ਨਾਲ ਹੀ ਹੈ, ਜੇ 10-12 ਕੁਇੰਟਲ ਨਿਕਲ ਜਾਵੇ ਤਾਂ ਇਸ ਤੋਂ ਬਾਅਦ ਤਾਂ ਹੁਣ ਮੁਸ਼ਕਲ ਹੀ ਹੈ। ਜਿਸ ਤਰ੍ਹਾਂ ਸਰਕਾਰ ਵੱਲੋਂ ਕਿਹਾ ਗਿਆ ਕਿ ਕਿੱਲੇ ਮਗਰ 15,000 ਰੁਪਏ ਦਿੱਤਾ ਜਾਊਗਾ, ਕਿ ਇਹ ਜਾਇਜ਼ ਹੈ ਕਿ ਵੱਧ ਚਾਹੀਦਾ? 15,000 ਤਾਂ ਬਹੁਤ ਥੋੜਾ ਹੈ ਜੀ, ਇਹਦਾ ਨੁਕਸਾਨ ਹੀ ਬਹੁਤ ਜ਼ਿਆਦਾ ਹੈ। ਦੇਖੋ 10-12 ਕੁਇੰਟਲ ਝਾੜ ਜਿੱਤੋਂ ਅੱਧਾ ਝਾੜ ਕੁਇੰਟਲ ਘੱਟ ਗਿਆ, 10-12 ਹਜ਼ਾਰਾਂ ਨਾਲ ਕੀ ਬਣਨਾ ਜੀ? ਇਹਦੇ ਤੋਂ ਵੱਧ ਕੰਬਾਈਨ ਵਾਲਿਆਂ ਨੇ ਕਣਕ ਵੱਢਣੀ ਆ, ਉਹਨਾਂ ਨੇ ਵੱਧ ਰੇਟ ਮੰਗਣਾ ਆ, ਫਿਰ ਅੱਧੀ ਥੱਲੇ ਰਹਿ ਜਾਣੀ ਆ, ਹੱਥ ਨਹੀਂ ਆਉਣੇ ਦਾਣੇ, ਅੱਧੀ ਤਾਂ ਥੱਲੇ ਰਹਿ ਜਾਣੇ ਵਿੱਚ ਦੇ। ਪਿੰਡਾਂ ਦੇ ਵਿੱਚ ਕੋਈ ਗੋਦਾਵਰੀ ਕਰਨ ਵਾਲਾ ਆਏ ਆ ਜੀ? ਨਾ ਜੀ ਨਾ, ਇੱਥੇ ਤਾਂ ਹਜੇ ਕੋਈ ਗੋਦਾਵਰੀ ਕਰਨ ਵਾਲਾ ਨਹੀਂ ਆਇਆ, ਇੱਥੇ ਤਾਂ ਮੈਨੂੰ ਲੱਗਦਾ ਆਉਣਾ ਵੀ ਨਹੀਂ ਕਿਸੇ ਨੇ, ਹੁਣ ਆਉਣਾ ਹੁੰਦਾ ਤਾਂ ਹੁਣ ਤੱਕ ਆ ਜਾਣਾ ਚਾਹੀਦਾ ਸੀ ਉਹਨਾਂ ਨੇ ਜੀ। ਹੁਣ ਥੋੜੀ ਪ੍ਰਸ਼ਾਸਨ ਤੋਂ ਮੰਗ ਕੀ ਹੈ ਜੀ ਫਸਲਾਂ ਦੇ ਮੁੱਦੇ ਨੂੰ ਲੈ ਕੇ? ਪ੍ਰਸ਼ਾਸਨ ਤੋਂ ਤਾਂ ਮੰਗ ਤਾਂ ਇਹੀ ਕਰਦੇ ਆ ਸਾਰੇ ਕਿਸਾਨ ਵੀ ਸਾਨੂੰ ਵੱਧ ਤੋਂ ਵੱਧ ਮੁਆਵਜ਼ਾ ਮਿਲੇ, ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਜੇ ਮੁਆਵਜ਼ਾ ਮਿਲ ਜਾਵੇ ਤਾਂ ਕਿਸਾਨਾਂ ਦੀ ਥੋੜ੍ਹੀ ਬਹੁਤੀ ਭਰਪਾਈ ਹੋ ਸਕਦੀ ਆ, ਨਹੀਂ ਤਾਂ ਬਹੁਤ ਔਖਾ ਹੈ ਜੀ ਇਸ ਟਾਈਮ ਤਾਂ ਬਹੁਤ ਔਖਾ ਜੀ। ਝੋਨੇ ਦੀ ਵੀ ਬਹੁਤ ਨੁਕਸਾਨ ਹੋਇਆ, ਹੁਣ ਕਣਕ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ, ਹੁਣ ਸਰੋਂ ਵੱਢੀਆਂ ਜਾ ਰਹੀਆਂ ਨੇ, ਉਹ ਸਰੋਂ ਦੀ ਖੇਤੀ ਹੈ ਉਹ ਵੀ ਹੁਣ ਬਰਬਾਦ ਹੋ ਰਹੀ ਹੈ, ਕਿਸਾਨਾਂ ਦੀ ਖੇਤਾਂ ਦੇ ਵਿੱਚ ਸਰੋਂ ਜੰਮ ਗਈ ਜੀ, ਮੇਰੀ ਆਪਣੀ ਖੁਦ ਦੀ ਸਰੋਂ ਸੀ, ਸਰੋਂ ਬੀਜ ਕੇ ਮੈਂ ਇਕੱਠੀ ਕਰੀ ਸੀ ਖੇਤ ਦੇ ਵਿੱਚ, ਉਹਨੂੰ ਸਾਫ਼ ਕਰਨ ਦਾ ਸਮਾਂ ਹੀ ਨਹੀਂ ਮਿਲਿਆ, ਉਹਨੂੰ ਟਰੈਕਟਰ 'ਚ ਲਾਉਣੀ ਸੀ ਸਮਾਂ ਹੀ ਨਹੀਂ ਮਿਲਿਆ, ਵਿੱਚੇ ਜੰਮ ਗਈ ਜੀ ਉਹ, ਬਹੁਤ ਔਖਾ ਹੋ ਗਿਆ। ਸਿਮਰਤ ਸਿੰਘ ਜੀ ਕਿਹੜਾ ਪਿੰਡ ਹੈ ਜੀ? ਸ਼ਰਬਤਗੜਾ ਅਟਾਰੀ। ਬੇਮੌਸਮੀ ਬਰਸਾਤ ਨਾਲ ਜੀ ਫਸਲਾਂ ਤਾਂ ਜੀ ਰਹਿ ਹੀ ਕੱਖ ਨਹੀਂ, ਵੀ 8 ਤੋਂ 10 ਕੁਇੰਟਲ ਝਾੜ ਰਹਿ ਜਾਣਾ, ਅੱਗੇ ਝੋਨੇ 'ਚ ਜ਼ਿਆਦਾ ਗਰਮੀ ਪੈਣ ਕਰਕੇ ਝੋਨੇ 'ਚ ਜੀਰੀ ਦਾ ਫਸਲ ਖਰਾਬ ਹੋਈ ਹੈ, ਹੁਣ ਵੱਧ ਬਰਸਾਤਾਂ ਕਰਕੇ ਬੇਮੌਸਮੀ ਬਰਸਾਤਾਂ ਕਰਕੇ ਹੁਣ ਕਣਕ ਦੀ ਫਸਲ ਦਾ ਵੀ ਹੁਣ ਕਾਫੀ ਨੁਕਸਾਨ ਹੋਇਆ, ਦੇਖੋ ਤੁਸੀਂ ਦੇਖ ਸਕਦੇ ਹੋ ਸਾਰੀ ਫਸਲ ਖਰਾਬ ਹੋਈ ਸਾਡੀ, ਕਿੰਨੇ ਕਿੱਲੇ ਤੁਸੀਂ ਬੀਜੀ ਹੋਈ ਸੀ? 30 ਏਕੜ ਜੀ, 30 ਏਕੜ। ਉਹ 'ਚ ਕਿੰਨੀ ਖਰਾਬ ਹੋ ਗਈ ਹੈ ਤੁਹਾਡੀ? ਤਕਰੀਬਨ 90% ਕਣਕ ਖਰਾਬ ਹੋਈ ਹੈ। ਜਿਸ ਤਰ੍ਹਾਂ ਸਰਕਾਰ ਵੱਲੋਂ ਕਿਹਾ ਗਿਆ ਵੀ ਕਿੱਲੇ ਮਗਰ 15,000 ਰੁਪਇਆ ਦਿੱਤਾ ਜਾਏਗਾ, ਕੀ ਜਾਇਜ਼ ਇਹ ਤਾਂ ਨਜਾਇਜ਼ ਹੀ ਹੈ ਜੀ, ਹੁਣ ਦੇਖੋ 50 ਤੋਂ 55 ਹਜ਼ਾਰ ਦੀ ਫਸਲ ਹੁੰਦੀ ਹੈ ਜੀ ਕਣਕ ਦੀ, ਤੇ ਉਹਨੇ ਰਹਿ ਜਾਣਾ ਹੁਣ 20 ਹਜ਼ਾਰ ਦੀ, ਤੇ ਪਿੱਛੇ ਭਰਪਾਈ ਕੌਣ ਕਰੇਗਾ ਇਹਦੀ? ਕਿੱਲੇ ਮਗਰ ਕਿੰਨਾ ਝਾੜ ਨਿਕਲਣ ਦੀ ਸੰਭਾਵਨਾ? 8 ਤੋਂ 10 ਕੁਇੰਟਲ ਵੱਧ ਤੋਂ ਵੱਧ ਨਿਕਲਣ ਦੀ ਸੰਭਾਵਨਾ ਜੀ, ਫਸਲ ਤਾਂ ਖਰਾਬ ਹੋ ਗਈ, ਹੁਣ ਦੇਖੋ ਇਹ ਹੁਣ ਜਦੋਂ ਕੰਬਾਈਨ ਨੇ ਵੱਢਣੀ ਹੈ ਪੂਰੀ ਚੱਕੀ ਨਹੀਂ ਜਾਣੀ। ਫਸਲਾਂ ਦੇ ਵਿੱਚ ਪਾਣੀ ਵੀ ਭਰਿਆ ਹੋਇਆ? ਹਾਂਜੀ, ਉਹ ਆਪਣਾ ਬੇਟ ਏਰੀਆ 'ਚ ਪਾਣੀ ਤਾਂ ਉਦਾਂ ਨਹੀਂ ਸੁੱਕਦਾ ਅੱਗੇ, ਹੁਣ ਉਸ ਤੋਂ ਬਰਸਾਤ ਹੋ ਰਹੀ। ਪਿੰਡ ਸ਼ਰਬਤਗੜ ਅਟਾਰੀ ਦੇ ਵਿੱਚ ਕਿੰਨੇ ਪਰਸੈਂਟ ਲੋਕਾਂ ਦੀ ਫਸਲ ਖਰਾਬ ਹੋ ਚੁੱਕੀ ਹੈ? 100% ਫਸਲ ਖਰਾਬ ਹੋ ਚੁੱਕੀ ਹੈ ਜੀ, ਹੁਣ ਤੇ ਇਸ ਟਾਈਮ ਤੱਕ ਕੋਈ ਵੀ ਗਿਰਦਾਵਰੀ ਕਰਨ ਵਾਲਾ ਨਹੀਂ ਆਇਆ, ਹੁਣ ਮੁਆਵਜ਼ਾ ਕਹਿ ਤਾਂ ਰਹੇ ਨੇ, ਮੁਆਵਜ਼ਾ ਤਾਂ ਤਾਂ ਦੇਣਗੇ ਜਦੋਂ ਗਿਰਦਾਵਰੀਆਂ ਹੋਣਗੀਆਂ, ਜੇ ਗਿਰਦਾਵਰੀ ਨਹੀਂ ਹੋਵੇਗੀ ਤਾਂ ਫਸਲ ਦੀ ਮੁਆਵਜ਼ਾ ਕਿੱਥੋਂ ਮਿਲੇਗਾ? ਪਿੰਡ 'ਚ ਕੋਈ ਗਿਰਦਾਵਰੀ ਵਾਲਾ ਆਇਆ ਜੀ? ਕੋਈ ਨਹੀਂ ਜੀ ਆਇਆ, ਕੋਈ ਸਾਡੇ ਨਾਲ ਸੰਪਰਕ ਨਹੀਂ ਸਰਕਾਰੀ ਕੀਤਾ, ਅਧਿਕਾਰੀ ਕੋਈ ਆਇਆ ਹੋਇਆ? ਨਾ ਜੀ ਨਾ, ਕੋਈ ਅਧਿਕਾਰੀ ਨਹੀਂ ਆਇਆ, ਬਸ ਅਜੇ ਤੱਕ ਤਾਂ ਐਲਾਨ ਆਏ ਨੇ ਸਰਕਾਰ ਦੇ, ਦੇਖੋ ਹੁਣ ਅੱਗੇ ਕੀ ਕਰਦੇ ਨੇ। ਆਪਣੇ ਜਿਹੜੀ 30 ਕਿੱਲੇ ਬੀਜੀ ਦੀ ਜ਼ਮੀਨ 'ਚ ਕੋਈ ਠੇਕੇ ਦੀ ਵੀ ਲੱਗੀ? ਹਾਂਜੀ, ਅੱਧੀ ਠੇਕੇ ਤੇ ਹੈ ਜੀ ਸਾਡੀ, ਉਹ ਠੇਕਾ ਵੀ 50-60 ਹਜ਼ਾਰ ਦੇ ਕਰੀਬ ਆ। ਜਿਸ ਤਰ੍ਹਾਂ ਸਰਕਾਰ ਵੱਲੋਂ ਕਿਹਾ ਗਿਆ ਵੀ ਵਿਸਾਖੀ ਤੋਂ ਪਹਿਲਾਂ ਪੈਸੇ ਪਾਏ ਜਾਣਗੇ, ਪਰ ਹਜੇ ਤੱਕ ਕੋਈ ਵੀ ਗਿਰਦਾਵਰੀ ਦਾ ਐਲਾਨ ਨਹੀਂ ਆਇਆ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਗਿਰਦਾਵਰੀ ਹੋਊਗੀ ਫਿਰ ਜਾ ਕੇ ਪੈਸੇ ਪੈਣਗੇ, ਜੇ ਗਿਰਦਾਵਰੀ ਨਾ ਹੋਣਗੀ ਗਿਰਦਾਵਰੀ ਕਦੋਂ ਹੋਏਗੀ ਜੀ? ਜੇ ਗਿਰਦਾਵਰੀ ਹੋਊਗੀ ਤਾਂ ਹੀ ਜਾ ਕੇ ਪੈਸੇ ਮਿਲਣਗੇ ਆਪਾਂ ਨੂੰ। ਹੁਣ ਤੁਹਾਡੀ ਪ੍ਰਸ਼ਾਸਨ ਤੋਂ ਮੰਗ ਕੀ ਹੈ ਜੀ? ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ, ਬਣ ਦੀ ਭਰਪਾਈ ਦੇ, ਕਿ ਹੁਣ 20 ਹਜ਼ਾਰ ਦੀ ਫਸਲ ਨਿਕਲਣੀ ਹੈ ਜੀ, 50 ਹਜ਼ਾਰ ਦੀ ਨਿਕਲਦੀ ਸੀ, 30 ਹਜ਼ਾਰ ਰੁਪਇਆ ਸਾਡਾ ਮੁਆਵਜ਼ਾ ਬਣਦਾ,